ਸ ਪਹਿਲਾ ਤਾਂ ਸਾਰੇ ਵਿਦਿਆਰਥੀਆਂ ਨੂੰ ਤੇ ਹੋਲ ਸਰਸ ਐਂਡ ਟੀਚਰਸ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਜੋ ਕਿ ਪ੍ਰਭੂ ਜੀ ਪੀ ਸੀ ਕਾਲਜ ਅਲੌੜ ਗੋਵਿੰਦਗੜ ਦਾ ਵਿਦਿਆਰਥੀ ਆ ਤੇ ਮੈਂ ਅੱਜ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਪਿੱਛੇ ਕੋਈ ਕਾਰਨ ਜਾਂ ਔਰੰਗਜ਼ੇ ਵੱਲੋਂ ਕਟੜਤਾ ਉਹਨਾਂ ਦੀ ਨੀਤੀ ਬਾਰੇ ਕੁਝ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦਾ ਮੈਂ ਗੁਰੂ ਤੇਗ ਬਹਾਦਰ ਜੀ ਜੋ ਕਿ ਸਿੱਖਾਂ ਦੇ ਨੌਵੇਂ ਗੁਰੂ ਸਨ ਤੇ ਉਹਨਾਂ ਦਾ ਜਨਮ 1 ਅਪ੍ਰੈਲ 1621 ਈਸਵੀ ਵਿੱਚ ਹੋਇਆ ਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀ ਦਾ ਨਾਮ ਬੀਬੀ ਨਾਨਕੀ ਸੀਗਾ ਤੇ ਇਹਨਾਂ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕਾਫੀ ਯੋਗਦਾਨ ਪਾਇਆ ਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹਨਾਂ ਦੇ ਯੋਗਦਾਨ ਦੇ ਕਾਰਨ ਖਾਲਸਾ ਪੰਥ ਦੀ ਸਥਾਪਨਾ ਹੋਈ ਤੇ ਇਹਨਾਂ ਦੇ ਯੋਗਦਾਨ ਦੇ ਕਾਰਨ ਕਾਫੀ ਐਜ ਅਚੀਵਮੈਂਟਸ ਨੇ ਜੋ ਕਿ ਸਿੱਖ ਪੰਥ ਦੇ ਵਿਕਾਸ ਨੂੰ ਅੱਗੇ ਲੈ ਕੇ ਆਏ ਸਭ ਨਾਲੋਂ ਪਹਿਲਾਂ ਔਰੰਗਜੀਤ ਦੀ ਧਾਰਮਿਕ ਧਾਰਮਿਕ ਕਟੜਤਾ ਦੀ ਨੀਤੀ ਆਂਦੇ ਆ ਕਿਉਂਕਿ ਔਰੰਗਜੀਤ ਜੋ ਸਿੱਖਾਂ ਨੂੰ ਧੱਕੇ ਨਾਲ ਜਾਂ ਆਪਾਂ ਕਹਿ ਸਕਦਾ ਹਾਂ ਕਿ ਉਹਨਾਂ ਨੂੰ ਫੜ ਕੇ ਤਸੀਹੇ ਦੇ ਕੇ ਅੱਧਿਆਂ ਨੂੰ ਸ਼ਹੀਦ ਕਰਕੇ ਤੇ ਕਈਆਂ ਨੂੰ ਧੱਕੇ ਨਾਲ ਮੁਸਲਮਾਨ ਬਣਾਉਂਦਾ ਸੀ ਤੇ ਜਿਸ ਦੇ ਕਾਰਨ ਉਹਨਾਂ ਨੇ ਉਸਨੇ ਹੈ ਨਾ ਮਤਲਬ ਕਈ ਜਜ਼ੀਆ ਟੈਕਸ ਜਾਂ ਯਾਤਰਾਮਾਂ ਤੇ ਟੈਕਸ ਲਾਤੇ ਜਿਸ ਦੇ ਕਾਰਨ ਉਹਨਾਂ ਨੇ ਸਿੱਖ ਜਹਾਗੀਰ ਨੇ ਜਾਂ ਔਰੰਗਜ਼ੇਬ ਨੇ ਕਿਹਾ ਕਿ ਉਹ ਉਸ ਨੂੰ ਮਤਲਬ ਮੁਸਲਮਾਨਾਂ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਸਾਰਿਆਂ ਨੂੰ ਤੇ ਸਿੱਖਾਂ ਤੇ ਮੁਗਲਾਂ ਦੀ ਪੁਰਾਣੀ ਦੁਸ਼ਮਣੀ ਕਿਉਂਕਿ 1606 ਈਸਵੀ ਵਿੱਚ ਜਹਾਂਗੀਰ ਨੇ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਤੇ ਫਿਰ ਉਹਨਾਂ ਨੇ ਹਰਗੋਬਿੰਦ ਸਿੰਘ ਜੀ ਨੂੰ ਕੈਦ ਕੀਤਾ ਤੇ ਉਸ ਤੋਂ ਬਾਅਦ ਸਿੱਖਾਂ ਦੇ 7ਵੇਂ ਗੁਰੂ ਤੇ ਸਿੱਖਾਂ ਜੀ ਦੇ ਸਿੱਖਾਂ ਦੇ 8ਵੇਂ ਗੁਰੂ ਨੂੰ ਦਿੱਲੀ ਬੁਲਾਇਆ ਤੇ ਉਹਨਾਂ ਨੂੰ ਵੀ ਬਹੁਤ ਹੀ ਦੁਸ਼ ਕਠੜਾਈਆਂ ਦਾ ਸਾਹਮਣਾ ਕਰਨਾ ਪਿਆ ਤੇ ਗੁਰੂ ਜੀ ਦੀ ਯਾਤਰਾ ਮੈਂ ਗੁਰੂ ਜੀ ਤੇਗਵਧ ਜੀ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਯਾਤਰਾਵਾਂ ਕੀਤੀਆਂ ਤੇ ਲੋਕਾਂ ਨੂੰ ਇੱਕ ਸਿੱਖਿਆ ਦਾ ਪਾਠ ਪੜਾਇਆ ਤੇ ਲੋਕਾਂ ਨੂੰ ਇਹ ਪ੍ਰੇਰਿਤ ਕੀਤਾ ਕਿ ਗੁਰੂ ਦੇ ਸ਼ਬਦ ਤੋਂ ਉੱਤੇ ਕੋਈ ਨਹੀਂ ਤੇ ਗੁਰੂ ਹਰ ਇੱਕ ਵਿਅਕਤੀ ਦੇ ਮਨਮਨ ਵਿੱਚ ਵਸਦਾ ਦੇ ਗੁਰੂ ਜੀ ਨੇ ਪੰਜਾਬ ਉੱਤਰ ਪ੍ਰਦੇਸ਼ ਬੰਗਾਲ ਅਸਾਮ ਆਦਿ ਥਾਵਾਂ ਤੇ ਯਾਤਰਾਵਾਂ ਕੀਤੀਆਂ ਤੇ ਧੀਰਮਲ ਤੇ ਗੁਰੂ ਜੀ ਸ਼ਹੀਦ ਦਾ ਇੱਕ ਬਹੁਤ ਮਤਵਪੂਰਨ ਕਾਰਨ ਜੋ ਮੰਨਿਆ ਜਾਂਦਾ ਧੀਰਮਲ ਦਾ ਤੇ RAM ਰਾਏ ਦਾ ਵਿਰੋਧ ਜੋ ਧੀਰਮਲ ਸੀ ਉਹ ਹਰ ਗੋਵਿੰਦ ਸਿੰਘ ਜੀ ਦਾ ਪੁੱਤਰ ਸੀਗਾ ਤੇ ਜੋ RAM ਰਾਏ ਸੀ ਉਹ ਗੋਵਿੰਦ ਸਿੰਘ ਜੀ ਦਾ ਵੱਡਾ ਪੁੱਤਰ ਸੀ ਤੇ ਇਹਨਾਂ ਨੂੰ ਇਹਨਾਂ ਨੂੰ ਇਹ ਸੀ ਕਿ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਗਰਦੀ ਉਹਨਾਂ ਨੂੰ ਮਿਲੇਗੀ ਜੋ ਕਿ ਇਹ ਅਸੰਭਵ ਨਾ ਹੋਇਆ ਤੇ ਇਹਨਾਂ ਨੇ ਗੁੱਸੇ ਵਿੱਚ ਆ ਕੇ ਜਹਾਂਗੀਰ ਨੂੰ ਗੁਰੂ ਜੀ ਦੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ ਜੋ ਕਿ ਇਹ ਬਹੁਤ ਵੱਡਾ ਇੱਕ ਪੁਆਇੰਟ ਸਮਝਾਇਆ ਜਾਂਦਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਗੁਰੂ ਜੀ ਦੀਆਂ ਸੈਨਿਕਾਂ ਤੇ ਰਾਜਨੀਤਿਕ ਕਾਰਵਾਈਆਂ ਵੀ ਇਸ ਵਿੱਚ ਸ਼ਾਮਿਲ ਹਨ ਕਿਉਂਕਿ ਜੋ ਕਿ ਗੁਰੂ ਜੀ ਦੇ ਸੈਨਿਕ ਗੁਰੂ ਜੀ ਨੇ ਬਹੁਤ ਵੱਡੀ ਸੈਨਾ ਇਕੱਠਾ ਕਰ ਇਕੱਠੀ ਕਰ ਚੁੱਕੇ ਸੀਗੇ ਤੇ ਜਿਸ ਦੇ ਕਾਰਨ ਗੁਰੂ ਜੀ ਦੀ ਸੈਨਾ ਵਿੱਚ ਸ਼ਾਮਿਲ ਹਾਫਿਜ਼ ਜੋ ਕਿ ਜਹਾਂਗੀਰ ਨਾਲ ਮਿਲ ਗਿਆ ਤੇ ਜਿਸ ਦੇ ਕਾਰਨ ਇਹ ਵੀ ਇੱਕ ਮਹੱਤਵਪੂਰਨ ਕਾਰਨ ਸਮਝਿਆ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕਸ਼ਮੀਰੀ ਪੰਡਤਾਂ ਦਾ ਵਿਰੋਧ ਵੀ ਇਸ ਵਿੱਚ ਮੇਨ ਆ ਜਾਂਦਾ ਹੈ ਕਿਉਂਕਿ ਜੋ ਕਿ ਜਹਾਂਗੀਰ ਗੁਰੂ ਜੀ ਦੇ ਵਿਰੁੱਧ ਆ ਇੱਕ ਤਰ੍ਹਾਂ ਇਸ ਤਰੀਕੇ ਨਾਲ ਵੀ ਆਇਆ ਕਿਉਂਕਿ ਜੋ ਕਿ ਉਹ ਕਸ਼ਮੀਰੀ ਪੰਡਤਾਂ ਉਹ ਸਮਝਦਾ ਸੀ ਕਿ ਜੇਕਰ ਮੈਂ ਕਸ਼ਮੀਰ ਦੇ ਪੰਡਤਾਂ ਨੂੰ ਇੱਕ ਤਰ੍ਹਾਂ ਦੇ ਮੁਸਲਮਾਨ ਬਣਾ ਲਮਾ ਤਾਂ ਮੈਂ ਸ਼ਾਇਦ ਸਾਰਿਆਂ ਨੂੰ ਸੌਖਾ ਹੋ ਜਾਵੇਗਾ ਮੁਸਲਮਾਨ ਬਣਾਣਾ ਤੇ ਜਿਸ ਦੇ ਕਾਰਨ ਉਸਨੇ ਅ ਮਤਲਬ ਕਸ਼ਮੀਰ ਦੇ ਪੰਡਤਾਂ ਨੂੰ ਧੱਕੇ ਨਾਲ ਕਿਹਾ ਕਿ ਉਹ ਮੁਸਲਮਾਨ ਬਣਨ ਤੇ ਜਿਸ ਦੇ ਕਾਰਨ ਉਹਨਾਂ ਨੇ ਕਈ ਵਾਰ ਨਾ ਸਹੰਦੇ ਉਸਦੇ ਗੁਰੂ ਤੇਗਵਧ ਜਿਹਨੂੰ ਬਾਦਰ ਜੀ ਕੋਲ ਗਏ ਤੇ ਉਹਨਾਂ ਨੇ ਗੁਰੂ ਤੇਗਵਧ ਜਿਹਨੂੰ ਬੇਨਤੀ ਕੀਤੀ ਕਿ ਉਹ ਜਹਾਂਗੀਰ ਤੋਂ ਉਹਨਾਂ ਦੀ ਰੱਖਿਆ ਕਰਨ ਕਿਉਂਕਿ ਜਹਾਂਗੀਰ ਉਹਨਾਂ ਨੂੰ ਜ਼ਬਰਦਸਤ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਗੁਰੂ ਤੇਗਵਧ ਜੀ ਨੇ ਬਹੁਤ ਹੀ ਮਿੱਤਰਤਾ ਨਾਲ ਉਹਨਾਂ ਦਾ ਸਹਿਯੋਗ ਦਿੰਦੇ ਹੋਏ ਕਿਹਾ ਕਿ ਤੇ ਗੁਰੂ ਸਹਿਯੋਗ ਦਿੰਦੇ ਹੋਏ ਕਿਹਾ ਕਿ ਸਭ ਨਾਲ ਪਹਿਲਾ ਉਹ ਉਹਨਾਂ ਨੂੰ ਕਹੋ ਕਿ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾਵੇ ਤਾਂ ਜਿਸ ਦੇ ਕਾਰਨ ਉਹ ਕਸ਼ਮੀਰੀ ਪੰਡਤਾਂ ਨੇ ਕਿਹਾ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾਉਣਗੇ ਤਾਂ ਉਹ ਆਪਣੇ ਆਪ ਮੁਸਲਮਾਨ ਬਣ ਜਾਣਗੇ ਜਿਸ ਦੇ ਕਾਰਨ ਜਹਾਂਗੀਰ ਹੋਰ ਭੜਕ ਉੱਠਿਆ ਤੇ ਉਸਨੇ ਇਹ ਸੋਚਿਆ ਕਿ ਹਣ ਤਾਂ ਮੈਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਕਰਨਾ ਸ਼ਹੀਦ ਕਰਨਾ ਹੀ ਕਰਨਾ ਹੈ ਤੇ ਉਸ ਤੋਂ ਬਾਅਦ ਉਹ 175 ਈਸਵੀ ਵਿੱਚ ਹਰਗੋਬਿੰਦ ਜੀ ਨੂੰ ਗੁਰੂ ਤੇਗ ਬਹਾਦਰ ਜੀ ਨੇ ਉੱਤਰ ਅਧਿਕਾਰੀ ਬਣਾਇਆ ਤੇ ਇਸ ਤੋਂ ਬਾਅਦ ਅ ਗੁਰੂ ਤੇਗ ਬਹਾਦਰ ਜੀ ਦੇ ਕਈ ਅ ਜੋ ਵੀ ਚੇਲੇ ਆਪਾਂ ਕੁਝ ਵੀ ਕਹ ਸਕਦੇ ਹਾਂ ਨੇ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਵੀ ਸ਼ਹੀਦ ਕੀਤਾ ਤੇ 16 ਨਵੰਬਰ 1675 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਦੇ ਕਿਲੇ ਵਿੱਚ ਸ਼ਹੀਦ ਕੀਤਾ ਗਿਆ ਤੇ ਇਹਨਾਂ ਦਾ ਸ਼ੀਸ਼ ਧਾਰ ਤੋਂ ਲਗ ਕੀਤਾ ਗਿਆ ਤੇ ਇਹਨਾਂ ਦੇ ਸ਼ੀਸ਼ ਨੂੰ ਅ ਜੋ ਕਿ ਉਹਨਾਂ ਦਾ ਚੇਲਾ ਰੰਗਰੇਟਾ ਸੀ ਉਸਨੇ ਗੁਰੂ ਤੇਗ ਬਹਾਦਰ ਜੀ ਜੀਸ ਨੂੰ ਜਾ ਕੇ ਜਿੱਥੇ ਸਾਪ ਦੀ ਕਿਤਾ ਉਸ ਨੂੰ ਸ਼ੀਸ਼ ਕਾਂਚ ਦੇ ਨਾਂ ਤੋਂ ਜਾਨਿਆ ਜਾਂਦਾ ਹੈ ਥੈਂਕ ਯੂ ਮੇਰਾ ਨਾਮ ਪ੍ਰਭ